ਅਸਲਾਮ ਵਾਲੇਕੁਮ ਜੀ ਦੋਸਤੋ, ਕੀ ਹਾਲ ਸਭ ਠੀਕ ਠਾਕ ਕਰੋ ਦੋਸਤੋ? ਅੱਜ ਕਾਫੀ ਦਿਨਾਂ ਤੋਂ ਬਾਅਦ ਜਿਹੜਾ ਨਾ ਝੀਕੂ ਦਾ ਜਿਹੜਾ ਫਲ ਹੈ ਉਹ ਉਤਾਰਨ ਗਏ, ਕਿਉਂਕਿ ਮੌਸਮ ਜਿਹੜਾ ਨਾ ਗੁਜ਼ਰਦਾ ਜਾ ਰਿਹਾ, ਝੀਕੂ ਦਾ ਫਲ ਜਿਹੜਾ ਨਾ ਪੱਕਣਾ ਜਾਣਾ ਖੁਦ ਖੁਦ ਛੱਡ ਗਿਆ। ਅਤੇ ਇਨਸ਼ਾਅੱਲਾ ਅੱਜ ਅਸੀਂ ਜਿੰਨਾ ਇਹ ਫਲ ਹੈ ਝੀਕੂ ਦਾ ਉਤਾਰ ਕੇ ਅਤੇ ਉਹਨਾਂ ਨੂੰ ਪੈਲ ਪਾਵਾਂਗੇ ਅਤੇ ਉਸ ਤੋਂ ਬਾਅਦ ਇਨਸ਼ਾਅੱਲਾ ਇਹ ਖਾਵਾਂਗੇ ਜੀ। ਆਓ ਤੁਹਾਨੂੰ ਦੱਸੀਏ, ਇਹ ਝੀਕੂ ਦਾ ਫਲ ਹੈ ਜੀ। ਸਪਰੇ ਵੀ ਕਰਨੀ ਹੈ ਕਿਉਂਕਿ ਇਹਨੂੰ ਪੱਤਾ ਲਪੇਟ ਜਿਹੜਾ ਨਾ ਬਿਮਾਰੀ ਲੱਗਣਾ ਸ਼ੁਰੂ ਹੋ ਗਈ ਕਰਾਂਗੇ, ਅਤੇ ਨਾਲ ਜਿਹੜਾ ਨਾ ਕੈਲਸ਼ੀਅਮ ਵਾਸਤੇ ਜਿਹੜਾ ਇਹਨਾਂ ਨੂੰ ਪੌਦੇ ਨੂੰ ਉਹ ਵੀ ਜਿਹੜਾ ਨਾ ਇਨਸ਼ਾਅੱਲਾ ਸਪਰੇ ਕਰਾਂਗੇ, ਜੜ੍ਹਾਂ ਵਿੱਚ ਵੀ ਜਿਹੜਾ ਨਾ ਉਹ ਵੀ ਇਨਸ਼ਾਅੱਲਾ ਪਾਊਡਰ ਜਿਹੜਾ ਸੁੱਟਾਂਗੇ ਕੈਲਸ਼ੀਅਮ ਵਾਸਤੇ। ਅਤੇ ਝੀਕੂ ਜਿਹੜਾ ਕਾਫੀ ਹੈ ਜੀ ਮੌਜੂਦ ਹੈ, ਉਹ ਉਤਾਰਨਗੇ ਅੱਜ ਜੀ। ਲਓ ਜੀ ਦੋਸਤੋ, ਝੀਕੂ ਹਾਂ ਤੋੜ ਲਏ ਨੇ, ਮਾਸ਼ਾਅੱਲਾ ਤੁਸੀਂ ਵੇਖੋ ਤਕਰੀਬਨ 2 ਕਿੱਸੇ ਰਹਿ ਗਏ ਨੇ, 1 ਕਿੱਸਾ ਜਿਹੜਾ ਨਾ ਝੀਕੂ ਇਹ ਤੋੜ ਲਏ ਨੇ ਮਾਸ਼ਾਅੱਲਾ। ਅਤੇ ਇਹਨਾਂ ਨੂੰ ਪੈਲ ਪਾਵਾਂਗੇ ਅਤੇ ਉਸ ਤੋਂ ਬਾਅਦ ਇਨਸ਼ਾਅੱਲਾ 1-2 ਦਿਨ ਦੇ ਅੰਦਰ ਅੰਦਰ ਇਹ ਤਿਆਰ ਹੋ ਜਾਣਗੇ। ਕਿਸੇ ਗੱਤੇ ਦੀ ਪੇਟੀ ਦੇ ਵਿੱਚ ਇਹਨੂੰ ਬੰਦ ਕਰਕੇ ਰੱਖ ਦਿੱਤਾ ਜਾਏਗਾ ਅਤੇ ਖੁਦ ਖੁਦ ਜਿਹੜੇ ਤਿਆਰ ਹੋ ਜਾਣਗੇ। ਬਹੁਤ ਹੀ ਇਹ ਫਾਇਦੇਮੰਦ ਨੇ ਜਿਸਮਾਨੀ ਬਾਡੀ ਵਾਸਤੇ, ਇਨਸਾਨੀ ਜਿਸਮ ਵਾਸਤੇ ਬਹੁਤ ਹੀ ਫਾਇਦੇਮੰਦ ਨੇ। ਬਹੁਤ ਮਿੱਠਾ ਫਲ ਹੈ ਝੀਕੂ ਦਾ। ਅਤੇ ਦੋਸਤੋ ਨਾਲ ਨਾਲ ਸਾਡੇ ਦੇਸੀ ਹੀ ਨਾਲ ਨਾਲ ਜਾਣਾ ਸ਼ਹਿਦ ਬਟ ਵਲੌਗਸ ਨੂੰ ਸਬਸਕ੍ਰਾਈਬ ਵੀ ਕਰੋ, ਲਾਈਕ ਸ਼ੇਅਰ ਵੀ ਕਰੋ, ਬੈਲ ਆਈਕਨ ਨਾਲ ਪ੍ਰੈਸ ਕਰਿਓ ਤਾਂ ਕਿ ਸਾਡੀ ਵੀਡੀਓਜ਼ ਜਿਹੜੀਆਂ ਨਾ ਉਹ ਤੁਹਾਡੇ ਤੱਕ ਪਹੁੰਚ ਸਕਣ। ਮਾਸ਼ਾਅੱਲਾ ਜੀ, ਕਾਫੀ ਜਿਹੜਾ ਦੋਸਤਾਂ ਨੂੰ ਗਿਫਟ ਦੇ ਤੌਰ 'ਤੇ ਇਹ ਅਸਾਂ ਭੇਜਿਆ ਸੀ ਦੋਸਤਾਂ ਨੂੰ। ਅਤੇ ਦੋਸਤੋ ਇਜਾਜ਼ਤ ਦਿਓ ਜੀ, ਰੱਬ ਰੱਖਾ ਜੀ, ਅੱਲਾ ਹਾਫਿਜ਼, ਅਸਲਾਮ ਵਾਲੇਕੁਮ ਵਰਹਮਤੁਲਾ ਬਰਕਾਤਹੂ।